ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਤਿੰਨ ਵੱਖ ਵੱਖ ਮਾਮਲਿਆਂ ਦੇ ਸਫਲਤਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਾਹਿਬਜ਼ਾਦੇ ਜੁਝਾਰ ਸਿੰਘ ਐਵੀਨਿਊ ਵਿਖੇ ਹੋਏ ਔਰਤ ਦੇ ਅੰਨੇ ਕਤਲ ਦੀ ਗੁੱਥੀ 24 ਘੰਟਿਆਂ ਅੰਦਰ ਸੁਲਝਾ ਲਈ ਗਈ ਹੈ ਅਤੇ ਇਸ ਘਟਨਾ ਨੂੰ ਅੰਜਾਮ ਸੈਨੇਟਰੀ ਦਾ ਕੰਮ ਕਰਨ ਵਾਲੇ ਨੇ ਦਿੱਤਾ ਸੀ ਜੋ ਕਿ ਮ੍ਰਿਤਕਾਂ ਦੇ ਘਰ ਦਾ ਭੇਤੀ ਸੀ। ਇਹ ਖੁਲਾਸਾ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ। ਕੱਲ ਥਾਣਾ ਕੰਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ, ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ DSP ਛਿਆਟਾ, SHO ਕੰਟੋਨਮੈਂਟ, ADCP ਅਭਿਮਨਿਊ ਜੀ ਅਤੇ CIA ਅਤੇ ਹੋਰ ਸਾਰਿਆਂ ਨੇ ਰਲ ਕੇ, ਉਹ 9:30 ਵਜੇ ਦੀ ਵਾਰਦਾਤ ਸੀ ਅਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਉਹਨੂੰ ਟਰੇਸ ਕਰ ਲਿਆ। ਇਹ ਬਲਾਈਂਡ ਮਰਡਰ ਸੀ। ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾਂ ਰਾਹੀਂ, ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸਿਜ਼ ਰਾਹੀਂ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ। ਥਾਣਾ ਮਜੀਠਾ ਰੋਡ ਦੇ ਵਿੱਚ ਇੱਕ ਚਰਚ ਸੀ, ਉਸ ਚਰਚ 'ਚ ਬੇਅਦਬੀ ਦੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਨੇ ਚਰਚ ਦੇ ਇੰਟੀਰੀਅਰ ਜਿਹੜੀ ਹੈਗੀ ਆ ਉਹਨਾਂ ਦਾ ਏਰੀਆ, ਉਹਦੇ ਵਿੱਚੋਂ ਉਹਨਾਂ ਦਾ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਚੋਰੀ ਕਰਕੇ ਲੈ ਗਈ ਸੀ। ਇੱਕ ਸਪਰਿੰਕਲਰ ਸੀਗਾ, ਇੱਕ ਪਾਇਸ ਸੀਗਾ ਅਤੇ ਇੱਕ ਕਰੋਸ ਸੀਗਾ। ਇਹ ਬਹੁਤ ਉਹਨਾਂ ਦੇ ਧਾਰਮਿਕ ਚਿੰਨ੍ਹ ਨੇ ਅਤੇ ਬੜੇ ਕਮਿਟਡ ਓਨਲੀ ਜਿਹੜੇ ਬੈਪਟਾਈਜ਼ਡ ਬੰਦੇ ਆ, ਇਹ ਉਹਨਾਂ ਨੂੰ ਦੇਣ ਦੇ ਲਈ ਉੱਥੇ ਪ੍ਰਸ਼ਾਦ ਰੱਖਿਆ ਜਾਂਦਾ। ਉਹਨਾਂ ਦਾ ਉੱਥੇ ਆਮ ਬੰਦੇ ਦੀ ਐਂਟਰੀ ਨਹੀਂ ਹੁੰਦੀ। ਉਹ ਲੇਡੀ ਇੱਕ ਕੱਲ੍ਹ 9:10 ਵਜੇ ਉੱਥੇ ਐਂਟਰ ਕਰਕੇ ਉਹ ਸਾਰਾ ਕੁਛ ਉੱਥੋਂ ਇਹ ਚੋਰੀ ਕਰਕੇ ਲੈ ਗਈ ਸੀ। ਉਹ ਵੀ ਪੁਲਿਸ ਨੇ CCTV ਦੀ ਮਦਦ ਦੇ ਨਾਲ ਇੱਥੋਂ ਉਹਦੀ ਪੜਤਾਲ ਕੀਤੀ ਅਤੇ ਉਹ ਫਤਿਹਗੜ੍ਹ ਚੂੜੀਆਂ ਉੱਥੋਂ ਉਹ ਲੇਡੀ ਨੂੰ ਜਾ ਕੇ ਅਰੈਸਟ ਕੀਤਾ ਅਤੇ ਜਿਹੜਾ ਵੀ ਚੋਰੀ ਹੋਇਆ ਸਮਾਨ ਸੀਗਾ ਉਹ ਰਿਕਵਰ ਕੀਤਾ। ਉਹ ਸੁਖਚੈਨ ਸਿੰਘ ਜੋ ਇੱਕ NRI ਆ, ਅਮੈਰੀਕਾ ਰਹਿੰਦਾ ਸੀ, ਉਹਦਾ ਸਾਰਾ ਪਰਿਵਾਰ ਵੀ ਅਮੈਰੀਕਾ ਰਹਿੰਦਾ, ਉਹਦੀ ਮਾਤਾ ਅਤੇ ਉਹਦੀ ਵਾਈਫ ਜਿਹੜੀ ਜਿਹਦੇ ਨਾਲ ਉਹਦਾ 1 ਸਾਲ ਹੋਇਆ ਕਰੀਬ ਵਿਆਹ ਹੋਏ ਨੂੰ, ਉਹ ਇੱਥੇ ਘਰ ਸੀਗੇ। ਉਹਦੇ ਘਰ ਦੇ ਵਿੱਚ 2 ਬੰਦੇ ਐਂਟਰ ਹੋਏ ਨੇ, ਇੱਕ ਬੰਦਾ ਪ੍ਰਜ਼ਿਊਮੇਬਲੀ ਬਾਹਰ ਰਹਿ ਗਿਆ। 2 ਬੰਦਿਆਂ ਨੇ ਐਂਟਰ ਕਰਕੇ ਉਹਨੂੰ ਪਿਸਤੌਲ ਦਿਖਾ ਕੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਆ ਅਤੇ ਉਹ 'ਤੇ ਉਹਨੇ ਫਾਇਰ ਕੀਤਾ, ਜਿਹਦੇ ਫਾਇਰ ਦੇ ਨਾਲ ਉਹ ਜ਼ਖਮੀ ਹੋ ਗਿਆ। ਉਹਦੇ ਕੰਨ ਦੇ ਅਤੇ ਜਵਾੜੇ ਦੇ ਕੋਲ ਜਿਹੜੀ ਗੋਲੀ ਟੱਚ ਕੀਤੀ ਆ, ਦੂਸਰੀ ਗੋਲੀ ਉਹਦੇ ਹੱਥ 'ਤੇ ਲੱਗੀ ਆ। ਇਸ ਤਰੀਕੇ ਨਾਲ ਉਹ ਦੋਨੇ ਬੰਦੇ ਇਸ ਫਾਇਰਿੰਗ ਕਰਕੇ